ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂੰ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਕਾਫੀ ਚੰਗੇ ਕੱਦਕਾਠ ਵਾਲੀ ਇੱਕ ਮੱਝ ਤੁਹਾਨੂੰ ਦਿਖਾਉਣੀ ਆ, ਸੂਈ ਸਵਾਈ ਆ ਅਤੇ ਦੋ ਗਾਵਾਂ ਤੁਹਾਨੂੰ ਹੌਲੇ ਭਾਜ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅੱਜ ਦੇ ਹਲੇ ਵੀਰ ਜੀ ਪਾਣੀ ਪੂਣੀ ਡੋਲਣ ਦੇ ਤੇਲ ਤੋਂ ਲਾਉਂਦੇ ਆ, ਅਸੀਂ ਕਿਹਾ ਟਾਈਮ ਨਾਲ ਪਹੁੰਚੀ ਗਿਆ ਅੱਜ। ਅੱਜ ਤਿਆਰੀ ਨਹੀਂ ਕੀਤੀ ਪੂਰੀ ਅੱਜ ਤੇ ਉਹ ਕਿੱਥੇ ਗਲਤੀਆਂ ਜੀ? ਉਹ ਚਲ ਗਿਆ ਮੋਗੇ। ਮੋਗੇ ਗਲਤੀਆਂ ਜੀ? ਸਾਹਮਣੇ ਲੱਗੀਆਂ ਗੱਡੀ ਜੋ। ਹਾਂਜੀ ਹਾਂਜੀ, ਹੁਣੇ ਲੱਗੀਆਂ ਜੀ, ਤਾਂ ਹੀ ਅਸੀਂ ਤੇਲ ਤੇ ਲਾਉਣੀ ਮਲਣ ਦੇ। ਅਤੇ ਨਾਮ ਦੱਸ ਦਿਓ ਫਿਰ ਇੱਕ ਵਾਰੀ। ਸੋਨੂੰ ਸ੍ਰੀ ਜੀ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਆ ਕਰੇ। 9816657। ਠੀਕ ਹੈ, ਮੱਝ ਹੁਣ ਗਾਂ ਤੋਂ ਗਾਂ ਹੀ ਲਿਆਉਂਦੇ ਜੀ ਫਿਰ? ਮੱਝ ਹੁਣ ਇੱਕ ਹੀ ਲਿਆ ਕਰਨੀ ਆ। ਅੱਛਾ, ਲਿਆ ਚੰਗੀ ਕਰਨੀ ਆ। ਉਧਰ ਵਾਲੀ ਮੱਝ ਨੇ ਮਿਲੇ ਸੀ ਰਾਜ ਤੁਹਾਡੇ ਵੱਲ ਘੱਲਤਾ ਉਹਨਾਂ ਨੇ, ਅੱਜ ਪੈ ਜਾਣੀ ਆ ਫਿਰ। ਠੀਕ ਠੀਕ, ਉਸੇ ਝੋਟੀ ਦੋਂਦੀ ਦਾ। ਚਲੋ ਉਹ ਤਾਂ ਜਾ ਕੇ ਪਤਾ ਲੱਗਣਾ। ਠੀਕ ਆ, ਚਲੋ ਤੇ ਕਰੀਏ ਫਿਰ ਸ਼ੁਰੂ ਨਾ। ਕਿੰਨਵਾਂ ਸੁਬਾ ਜੇ ਦਾ? ਅੱਛਾ, ਮੱਝ ਤਾਂ ਚਲੋ ਪੂਰੀ ਵੱਡੀ ਆ ਨਾ, ਕੱਦ ਕਾਠ ਵੀ ਚੰਗਾ। 1,20,000 ਦੀ ਕਹਿੰਦੇ ਕਿ ਖਰੀਦ ਜਿਹੜੀ ਕੀਤੀ ਹੈ ਐਰਕੇ ਸੂਬੇ ਦੀ। ਤੇ ਐਰਕੇ ਸੂਬੇ ਦੀ ਗੱਲ ਕਰਨ ਦੇ ਆ ਤੇ ਆ ਬਾਕੀ ਖਾਨ ਹਵਾਨਾ ਦੇਖ ਸਕਦੇ। ਅੱਛਾ, ਅੱਛਾ ਫਿਰ ਉਹਦਾ ਝਗੜਾ। ਹਾਂਜੀ ਹਾਂਜੀ, ਆਟਾ ਨੂੰ ਪਤਾ ਚੁਣਾ ਆਉਣਾ ਵੇਖੀ ਜੋਗੀ। ਠੀਕ ਆ, ਬਾਈ ਤੇਈ ਦਿਨ ਸੂਈ ਨੂੰ ਹੋ ਗਏ ਆ ਤੇ ਬਾਕੀ ਜਿਹੜਾ ਕੋਈ ਲੈ ਜਾਊਗਾ ਸਾਂਭ ਵਾਲਾ। ਠੀਕ ਹੈ, ਬਾਕੀ ਆਹ ਦੇਖ ਸਕਦੇ ਚੰਗੇ ਕੱਦ ਕਾਠ ਦੀ ਹੈ, ਸਿੰਘ ਵੀ ਚੰਗਾ ਵਾ। ਆਹ ਦੇਖ ਸਕਦੇ ਵੀਰ ਜਣੇ ਤੇ ਬਰਾਬਰ ਹੀ ਚੜੀ ਜਾਂਦੀ ਹੈ। ਲੈ ਜਾ ਵਿੱਤੀ ਘੁਮਾ ਕੇ। ਬਾਕੀ ਚਲੋ ਕੱਦ ਕਾਠ ਦਾ ਚੰਗਾ ਵਾ। ਵੀਰ ਜੀ ਹੁਣੀ ਕਹਿੰਦੇ ਕਿ ਜਵਾਬ ਖਾ ਦੀਏ ਤਾਂ ਇੱਕ ਵਾਰੀ। ਹਾਂਜੀ ਹਾਂਜੀ ਹਾਂਜੀ, ਠੀਕ ਆ ਜੀ। ਆ ਦੇਖ ਸਕਦੇ ਫਸਲ ਕਿ ਥਣ ਜਿਹੜਾ ਪੂਰਾ ਵਧੀਆ ਤਿਆਰ ਕਰ ਗਈ। ਵਿਖਾ ਦੀਏ ਵਿਧੀ ਜਵਾਬ ਫਿਰ ਇਹਦਾ। ਚਵਾ ਜਿਹੜਾ ਪੂਰਾ ਵਧੀਆ ਵਾ ਇਹਦਾ। ਪਿਛਲੇ ਥਣਾਂ ਦਾ ਵੀ ਚਵਾ ਦਿਖਾ ਦਈਏ ਵੀਰ ਜੀ ਆਪਾਂ ਇੱਕ ਵਾਰੀ। ਹਾਂਜੀ, ਪਿਛਲੇ ਥਣਾਂ ਦਾ ਵੀ ਚਵਾ ਦਿਖਾ ਦਈਏ। ਦੂਰ ਤੋਂ ਇੱਕ ਵਾਰੀ ਦੇਖ ਸਕਦੇ ਜੀ ਜੀ ਫਿਰ ਦੱਸੀਏ ਰੇਟ ਫਿਰ ਚੋਣ ਵਾਲੀ ਜਿਹੜੀ। ਅੱਛਾ, ਚੋਣ ਹੀ ਵਾਲੀ ਹੈ ਵੀ। ਬਾਕੀ ਆਹ ਦੇਖ ਸਕਦੇ ਜੀ,
ਬਾਲਟੀ ਵੀਰ ਜੀ ਵੱਡੀ ਲੈ ਆਂਤੀ ਨਵੀਂ ਲੈ ਲਈ ਤੇ ਬਾਲਟੀ ਇਹ ਵੀ ਬਾਣ ਕੇ ਮਿਨੀਮ ਸਾਰਾ 7-8 ਕਿਲੋ ਦੀ ਬਾਡੀ ਏ ਅੱਛਾ ਲੀਟਰ ਦੇ ਨਾਲ ਉਹ ਮਿਨੀਮ ਸਕਦਾ ਅੱਗੇ ਤੇ ਬੜੀ ਨਿੱਕੀ ਜੀ ਰੱਖੀ ਹੁੰਦੀ ਸੀ ਉਹ ਨਿੱਕੀ ਹੁੰ ਡੰਗਰ ਵੱਡੇ ਦੇ ਕਰਦੇ ਤੇ ਬਾੜੀਆਂ ਵੱਡੀਆਂ ਲੈ ਲੀਆਂ ਠੀਕ ਹੈ ਜੀ ਦੇ ਹੁਣ ਕਿ ਆਪਾਂ ਚੋਦੀਏ ਥੋੜੀ ਕਿਲੋ ਬਾਕੀ ਥੱਲੇ ਛੱਡ ਦਈਏ ਹਾਂਜੀ ਹਾਂਜੀ ਆਪਾਂ ਤੈਨੂੰ ਵਿਆਹ ਵਖਣਾ ਕਿਹੜੀ ਗੱਲ ਕੀ ਆ ਹੁਣ ਵੇ ਟਾਈਮ ਕੋ ਵੀ ਵੇਖ ਲਿਆ ਨਾ ਠੀਕ ਹੈ ਰਾਤੀ ਆਪਾਂ ਰਾਤੀ ਨਾ ਦੀਕੋ 8:30 ਚੋਈ ਲਿਆ ਕਰੇ ਅੱਛਾ ਗੱਡੀ ਪੈਂਚਰ ਹੋ ਗਈ ਠੀਕ ਹੈ ਫਿਰ ਉਥੋਂ ਨੇਰੇ ਲਿਆ ਕੇ ਚੋਈ ਜਾਂ ਕਰੇ ਤੇ ਹੁਣ ਵੀ ਟਾਈਮ ਜਿਹੜਾ ਵਾ 8 ਵਜੇ ਦਾ ਹੋ ਗਿਆ ਵਾ ਹਾਂਜੀ ਦੁੱਧ ਵੀ ਦੀ ਸੇਵਾ ਚੰਗੀ ਕੀਤੀ ਨਾ ਦੁੱਧ ਮਈ 14 ਕਿਲੋ ਜਾਊ ਫਿਰ ਅੱਛਾ 14 ਕਿਲੋ ਜਾਊਗੀ पूरी खाली कर देनी विधियां फिर खाली हो ही गई जा चलो फिर हेलो जी मैं मिंती दा मिलो के तानो दे वे लो ए नहीं बोलदा नहीं बुलाया चलो ठीक है 7 किलो दी बाल्टी वीर जड़ा आवे मिल ले बाल्टी आन के भावे अच्छा आन के बाल्टी मिलू तो कितना ते के फिर मुल्ल जे दा ये भाई मोते पे भी जदा हो उन्होंने 1 लाख बीज लगी लिया नहीं कोई टोपड़ो भी मान लो ये हां जी हां जी सुई ताजी सुई भी है भैया ताजी सुई है ठीक है पर आपा हां ना ये नहीं 70 दी अच्छा हां ना ही 65 ही दवांगे अच्छा हां ना ये तो 100-200 छोड़ी होनी बस मान तन मौके ते उधर वीर देव को मज ले ली हां जी तो दसन लिया जो भी छोटी पाई है हां जी हां जी साई कोई नहीं हुई अच्छा साई तो बिना इनो 7000 रुपया ना फसों लिया मैं अच्छा झोटी हुण जिहड़ी गां दा ना विखाउणी आ इक होर तुहानूं दिखावांगे इस तों बाद भी आह दे साडे थना दा साइज़ गैप इहदा लागे तो देख सकदे जी मिलके मैनूं भी चंगी लगी आ वेखण जो तरां उम्मीद आ कि सज्जन ने दुद्ध जिहड़ा चंगा कढ़िया होगा सज्जन ने भाजी ने 18-19 किलो दुद्ध कढ़िया जी 18-19 लीटर जिहड़ा कढ़िया वा बाकी हैगी भी जिहड़ी जर्सी आर शहर च आ ते किन्ना च वीर जी हुण इहदे कोल दुद्ध दुद्ध वीर जी कोल 5-6 लीटर दा 5.5 लीटर दा अच्छा आपणे भाई होई आ ਖੜੇ ਜੇ ਚੈੱਕ ਕਰਾਉਣੀ ਚੈੱਕ ਕਰਾ ਖੜੇ ਇਹ ਨਹੀਂ ਗੱਲਾਂ ਜੀ ਆ ਭਾਈ ਦਾ ਵਾ ਨੰਬਰ ਵੀ ਦੇ ਦਾਂਗੇ ਪ੍ਰੋਣੇ ਦਾ ਬੇਸ਼ੱਕ ਉਹਨੂੰ ਪੁੱਛ ਵੀ ਲਵੇ ਕਿੰਨੀ ਜਲਦੀ ਬਣੀ ਜਿਹੜੇ ਮਹੀਨੇ ਵਿੱਚ ਚੈੱਕ ਕਰਦਾ ਕਰਾ ਲੇ ਤੋਰ ਦੋ ਫਿਰ ਇੱਕ ਰੀ ਨੂੰ ਹਾਂ ਜੀ ਆਪਾਂ ਡਾਕਟਰ ਨੂੰ ਫੋਨ ਲਾਇਆ ਸੀ ਇਹਦੇ ਮੈਂ ਡਾਕਟਰ ਆਇਆ ਨਹੀਂ ਆ ਠੀਕ ਹੈ ਜੀ ਇਹ ਆ ਜਾਂ ਚੈੱਕ ਕਰਾ ਕੇ ਦੇਣੀ ਤੁਹਾਨੂੰ ਪਤਾ ਜਿਹੜਾ ਆਪਾਂ ਨਵੇਂ ਚੈੱਕ ਕਰਾ ਲਈ ਉਹ ਚੈੱਕ ਕਰਾ ਕੇ ਹੁੰਦਾ ਵਾ ਹਾਂਜੀ ਹਾਂਜੀ ਆਪਾਂ ਵੀ ਇਹ ਨਹੀਂ ਦੱਸਿਆ ਆ ਉਹ ਹੈ ਜੇ ਆ ਸੱਜਰ ਨੇ 18-19 ਕਿਲੋ ਦਾ ਲੀਟਰ ਦਾ ਭਰਿਆ ਵਾ ਠੀਕ ਹੈ ਜੀ ਹਾਂ ਜਿਹੜਾ ਵੇਖੋ बाकी शाम सोम वाला कोई ला जूगा तो दुध जो वध भी जाऊगी मौसम हम चंगा आ गया चेक मेरे घर कोई डॉक्टर करदा पेशा करा के फिर बीज मानदार करांगे ठीक है आखोगे चेक करा भी दोगे फिर हम दूसरे नंबर ते दिखाउणी है गा
ਇਹਦਾ ਕੀ ਮੁੱਲ ਆ ਵੀਰ ਜੀ ਫਿਰ ਇਹ ਵੀ ਭਾਈ 12000 ਦਾ ਇਹ ਵੀ 12000 ਦਾ ਦੇ ਦਾਂਗੇ ਮੌਕੇ ਤੇ ਹੋਰ ਕਰ ਦਾਂ ਕਰਦਾਂ ਮਾਰਦਾਂ ਆਹ ਗਾਣਾ ਖੜੂਗਾ ਬੇਸ਼ੱਕ ਆਪਣੇ ਘਰ ਜਾ ਕੇ ਚੈੱਕ ਕਰਾ ਲੈ ਪਰ ਇਹ ਆਪਾਂ ਚੈੱਕ ਕਰਾਉਂਦੇ ਬਣਾ ਗਰੰਟੀ ਇਹੋ ਦਿੰਦੇ ਦੀ ਅੱਛਾ ਜੀ ਜੇ ਜਨਾ ਆਪਾਂ ਭਾਈ ਚੈੱਕ ਨਹੀਂ ਕਰਾਈ ਠੀਕ ਆ ਹਾਂ ਬਾਕੀ ਟੀਕਾ ਨੂੰ ਭਰਾਇਆ 2 ਦਿਨ ਠੀਕ ਆ ਤਰੀਕ ਉਹ ਦਾਣਾ ਕਿੰਨੇ ਦੀ 1.5 ਮਹੀਨੇ ਲੱਗ ਜਾਗੇ ਹੋ ਗਿਆ ਮਰੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜਾ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰ ਕੇ ਬੇਨਤੀ ਹੱਥ ਜੋੜ ਗਿਆ ਜਿੰਨੇ ਵੀ ਕੋਣੀ ਸਾਈ ਕੋ 2-3000 ਪਾਵੇ ਜਦੋਂ ਪਤਾ ਆਪਾਂ ਟੱਕਰ ਲੈਣਾ ਵਾ ਹਾਂਜੀ ਵੱਧ ਵੀ ਸਾਈ ਪੈ ਜੋ ਭਾਈ ਨੂੰ ਕਰਨੀ ਵੀ ਠੀਕ ਹੈ ਜੀ ਜੇ ਆਪਾਂ ਨਹੀਂ ਲਾਣੇ ਫਿਰ ਤਾਂ ਭਾਵੇਂ ਆਪਾਂ ਕਹੀਏ ਜੀ ਪੰਜ ਪਾਈ ਪਾਉਣੇ ਆ ਠਹਿਰ ਕੇ ਕਰਦੇ ਆ ਕਰੀ ਨੂੰ ਪਾਉਣੇ ਆ ਠੀਕ ਹੈ ਜੇ ਆਪਾਂ ਲੈਣਾ ਫਿਰ ਸਾਈ ਭਾਵੇਂ 10000 ਹੀ ਪਾ ਲਈਏ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ 3 ਮਕਾਓ ਕੀਤੇ ਆ ਤਿੰਨੇ ਦੀਆਂ ਤਿੰਨੇ ਹੀ ਸੂਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰੋ ਵੇਸਟ ਆ ਕੇ ਆਪਣੀ ਸਮਝ ਦੇ ਹਿਸਾਬ ਤੇ ਆਪਣੀ ਜ਼ਿੰਮੇਵਾਰੀ ਤੇ ਵੇਸਟ ਆ ਕੇ ਪਸ਼ੂ ਖੜੋ ਜੀ ਜਿਹੜਾ ਵੀਰ ਮੇਰਾ ਮੱਝ ਖੜੂਗਾ ਮੱਝ ਪਰ 200 ਠੀਕ ਹੈ ਭਾਈ ਵਾਧੇ ਵਾਲੀ ਆ ਠੀਕ ਹੈ ਜੀ ਹਲੋ ਅੱਧੋ ਦੀ ਬੰਨੇ ਡਾਤਾ ਪੈਸੇ ਫਿਰ ਤੁਹਾਨੂੰ ਪਤਾ ਜਦੋਂ ਅਗਲਾ ਕੰਮ ਗਲਤ ਮਤ ਹੋਇਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਚੰਗੀ ਸੇਵਾ ਹੋ ਗਈ ਨਾ ਮੱਝ ਦੀ ਹੁਣ ਵੀ ਤੋਂ 3 ਚਲਾ ਗਏ ਚੱਲੂ ਫਿਰ ਠੀਕ ਹੈ